ਕਰਨਾ ਚਾਹੂੰਗਾ ਤੁਹਾਨੂੰ। ਮੇਰੇ ਨਾਲ ਪੰਜਾਬ ਤੋਂ ਵਿਰੇਂਦਰ ਸਿੰਘ ਪਰਿਆਰ ਜੁੜ ਚੁੱਕੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਐਨਆਰਆਈ ਵਿੰਗ ਦੇ ਐਂਡ ਫੰਡਰੇਜ਼ਿੰਗ ਵਿੰਗ ਦੇ ਕੋਆਰਡੀਨੇਟਰ ਸੀ। ਪਰਿਆਰ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਸਰ। ਸਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਤੁਸੀਂ ਥੋੜੇ ਦਿਨ ਪਹਿਲਾਂ ਇੱਕ ਲੈਟਰ ਲਿਖ ਕੇ ਕੇਜਰੀਵਾਲ ਸਾਹਿਬ ਨੂੰ ਨਾਰਾਜ਼ਗੀ ਜਤਾਈ ਤੇ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਤੋਂ ਨਸ਼ੇ ਖਤਮ ਕਰਨ ਦੀ ਗੱਲ ਕਰ ਰਹੀ ਆ। ਤੁਸੀਂ ਆਪਣੇ ਲੈਟਰ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਦਿੱਲੀ ਤੋਂ ਭੇਜੇ ਲੀਡਰ ਹੈ, ਪਹਿਲਾਂ ਉਹਨਾਂ 'ਚ ਨਸ਼ੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਤੁਸੀਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿੰਨੇ ਚਿਰ ਤੋਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਤੇ ਤੁਹਾਡਾ ਸਫ਼ਰ ਹੁਣ ਤੱਕ ਦਾ, ਤੇ ਕਿਉਂ ਤੁਹਾਨੂੰ ਇਹ ਲੈਟਰ ਲਿਖਣ ਦੀ ਲੋੜ ਪਈ? ਮੈਂ 2 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ। ਜਦੋਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਲਹਿਰ ਸ਼ੁਰੂ ਹੋਈ ਆ, ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ 20ਵੀਂ ਸਦੀ ਤੋਂ ਜੋ ਮਿਸਰੂਲ ਚੱਲ ਰਿਹਾ ਉਹਨੂੰ ਖਤਮ ਕੀਤਾ ਜਾਵੇ, ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ ਤੇ ਕੁਝ ਇਮਾਨਦਾਰ ਲੋਕਾਂ ਦੇ ਹੱਥ ਸਰਕਾਰ ਨੂੰ ਬਚਾਇਆ ਜਾਵੇ। ਇਮਾਨਦਾਰ ਲੋਕਾਂ ਦੇ ਹੱਥ ਵਿੱਚ ਪੰਜਾਬ ਦੀ ਵਾਂਗਡੋਰ ਸੌਂਪੀ ਜਾਵੇ। ਉਸੇ ਆਸ ਨਾਲ ਅਸੀਂ ਕੇਜਰੀਵਾਲ ਤੇ ਅੰਨਾ ਹਜ਼ਾਰੇ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ। ਹੁਣ ਵੀ ਆਮ ਆਦਮੀ ਪਾਰਟੀ 'ਚ ਹੀ ਆ ਤੇ ਹੁਸ਼ਿਆਰਪੁਰ ਜ਼ੋਨ ਜਿਹੜਾ ਹੈਗਾ ਏਰੀਆ ਦੁਆਬੇ ਦਾ, ਇੱਥੇ ਹੀ ਆ ਹੁਣ ਅਸੀਂ ਬੈਠੇ ਆ। ਫਾਰਮ ਹਾਊਸ ਆ ਮੇਰੇ ਕੋਲ ਕਿਨੂਆ ਦੇ ਬਾਗ ਦੇ ਵਿੱਚ, ਹੁਸ਼ਿਆਰਪੁਰ ਸ਼ਹਿਰ ਦੇ ਨਾਲ ਹੀ। ਇੱਥੇ ਦਿੱਲੀ ਵਾਲੀ ਟੀਮ, ਦਰਗੇਸ਼ ਤੇ ਅਸ਼ੋਕ ਨਾਂਗੜੀਆ ਵਗੈਰਾ ਸਾਰੇ ਇੱਥੇ ਆਏ ਮੇਰੇ ਕੋਲ। ਜਿਹੜੀ ਦਿੱਲੀ ਦੀ ਟੀਮ ਦੀ ਡਿਊਟੀ ਲਗਾਈ ਗਈ ਸੀ ਇੱਥੇ ਹੁਸ਼ਿਆਰਪੁਰ ਦੇ ਆਸ ਪਾਸ 10-15 ਹਲਕਿਆਂ ਨੂੰ ਦੇਖ ਰੇਖ ਕਰਨ ਦੀ, ਉਹਦੀ ਸਾਰੀ ਟੀਮ ਇੱਥੇ ਮੇਰੇ ਕੋਲ ਹੀ ਰਹੀ ਆ ਤੇ ਇਹਨਾਂ ਦੀ ਅਸੀਂ ਬਹੁਤ ਸੇਵਾ ਕੀਤੀ, ਬਹੁਤ ਇੱਜ਼ਤ ਕੀਤੀ। ਪਰ ਬਾਅਦ ਦੇ ਵਿੱਚ ਸਾਨੂੰ, ਮੈਨੂੰ ਇਹੀ ਹੋਇਆ ਅਹਿਸਾਸ ਇਹਨਾਂ ਦੀ ਆਦਤਾਂ ਦੇਖ ਕੇ ਕਿ ਨਸ਼ੇਖੋਰ ਨਸ਼ੇੜੀ ਤਾਂ ਇਹ ਲੋਕ ਹਨ ਤੇ ਪੰਜਾਬ ਵਿੱਚ ਉਹ ਨਸ਼ਾ ਖਤਮ ਕਰਨ ਦੀ ਗੱਲ ਇਹ ਕਿਸ ਤਰ੍ਹਾਂ ਕਰ ਸਕਦੇ। ਕੇਜਰੀਵਾਲ ਜੀ ਨੂੰ ਜੋ ਪੱਤਰ ਲਿਖਿਆ ਮੈਂ, ਉਹਦੇ ਵਿੱਚ ਵੀ ਇਹੀ ਲਿਖਿਆ ਹੋਇਆ ਕਿ ਇਟ ਇਜ਼ ਸੋ ਆਇਰੋਨਿਕ ਦੈਟ ਅਬਜ਼ਰਵਰ ਯੂ ਸੈਂਟ ਹੀ ਪੰਜਾਬ ਆਰ ਕੁਕੀ ਮੈਡ ਐਂਡ ਅਲਕੋਹਲਿਕ ਐਂਡ ਯੂ ਆਰ ਮੇਕਿੰਗ ਫਾਲਸ ਪ੍ਰੋਮਿਸਿਸ ਆਫ ਮੇਕਿੰਗ ਪੰਜਾਬ ਦਰਤੀ। ਫਸਟ ਥਿੰਗ ਯੂ ਸ਼ੁਡ ਡੂ ਇਜ਼ ਮੇਕ ਯੂਰ ਅਬਜ਼ਰਵਰ ਫ੍ਰੀ ਦੂਜਾ ਇਹ ਹੈਗਾ ਕਿ ਅਸੀਂ ਦੇਖਿਆ ਕਿ ਹਰੇਕ ਹਲਕੇ ਦੇ ਵਿੱਚ ਇਹਨਾਂ ਨੇ 2 ਕਰੋੜ ਦੇ ਕਰੀਬ ਇਕੱਠਾ ਕੀਤਾ। ਇਹਨਾਂ ਨੇ 5-10 ਕੈਂਡੀਡੇਟ ਹਰੇਕ ਹਲਕੇ ਦੇ ਵਿੱਚ ਉਹਨਾਂ ਨੂੰ ਲਾਰਾ ਲਾਵੇ ਦਾ ਲੈ ਵੀ ਤੈਨੂੰ ਵੀ ਟਿਕਟ ਦੇ ਦਿੱਤੀ, ਤੈਨੂੰ ਵੀ ਦੇ ਦਿੱਤੀ, ਚਾਹੇ ਪੈਸੇ ਦੇ ਗਏ ਇਹਨਾਂ ਨੂੰ ਇਸ ਸਾਲ ਚ, ਤੇ ਸਾਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲ ਜੂਗੀ। ਟਿਕਟ ਇੱਕ ਨੂੰ ਮਿਲੀ, ਬਾਕੀ ਇਹਨਾਂ ਦੇ ਕਰਜ਼ੇ ਲੈ ਕੇ, ਘਰ ਵੇਚ ਕੇ, ਬਿਜ਼ਨਸ ਖਰਾਬ ਕਰਕੇ ਇਹਨਾਂ ਨੂੰ ਪੈਸੇ ਦਿੱਤੇ। ਇੱਕ ਹਲਕੇ ਹੁਣ ਮੇਰੇ ਹੱਥਾਂ ਚੋਂ ਗਿਆ, ਮੈਂ ਫੰਡ ਰੇਜ਼ਿੰਗ ਇੰਚਾਰਜ ਹਾਂ, ਕੁਛ ਕੈਸ਼ ਗਿਆ, ਚਲੋ ਉਹ ਤਾਂ ਲੀਗਲ ਆਇਆ, ਜਿਹੜਾ ਉਹ ਵੀ ਮੈਨੂੰ ਪਤਾ ਕਿਹੜਾ ਅਕਾਊਂਟ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ, ਹੁਸ਼ਿਆਰਪੁਰ ਵਾਲੇ ਦੀ ਡਿਪੋਜ਼ਿਟ ਕਰਾਉਂਦੇ ਰਹੇ ਆ ਤੇ ਉਹਦੇ 'ਚ ਪੈਸੇ ਗਏ। ਤਾਂ ਕੁੱਲ ਮੇਰੇ ਮਿਲਾ ਕੇ ਜੋ ਮੈਨੂੰ ਮੇਰੀ ਨੌਲੇਜ 'ਚ ਹੈ ਕਿ 200 ਕਰੋੜ ਪੰਜਾਬ ਦੇ ਵਿੱਚੋਂ ਇਕੱਠਾ ਹੋ ਕੇ ਗਿਆ ਇੱਥੋਂ। ਔਰ ਦੀਪ ਗੱਲ ਉਹ ਤੋਂ ਬਾਅਦ ਹੋ ਗਈ ਕਿ ਡੀਮੋਨੇਟਾਈਜੇਸ਼ਨ ਨੋਟਬੰਦੀ ਕਾਰਨ ਉਹ 200 ਕਰੋੜ ਜੀਰੋ ਹੋ ਗਿਆ, ਕਿਉਂਕਿ ਕੈਸ਼ ਹੀ ਸੀ ਗਿਆ। ਤੇ ਹੁਣ ਕੇਜਰੀਵਾਲ ਨੂੰ ਪੁੱਛਿਆ ਜਾਵੇ ਕਿ ਤੁਸੀਂ ਇਮਾਨਦਾਰ ਹੋ, ਦੀ ਕਾਲਾ ਖਤਮ ਕਰਨ ਦੀ ਗੱਲ ਕਰ ਲਓ, ਕਾਲਾ ਧਨ ਤਾਂ ਤੁਹਾਡੇ ਕੋਲ ਹੀ ਆ। ਇਹਨਾਂ ਗੱਲਾਂ ਤੋਂ ਮੇਰਾ ਦਿਲ ਖਰਾਬ ਹੋਇਆ ਤੇ ਤਾਂ ਮੈਂ ਇਹਨਾਂ ਨੂੰ ਉਹ ਖਤ ਲਿਖਿਆ। ਤੇ ਦੂਜਾ ਹੋਰ ਕੋਈ ਸਵਾਲ ਤੁਹਾਡੇ ਕੋਲ? ਹਾਂਜੀ ਪਰਿਆਰ ਸਾਹਿਬ, ਤੁਹਾਡੇ ਉੱਤੇ ਇਲਜ਼ਾਮ ਵੀ ਲਾਏ ਜਾ ਰਹੇ ਕਿ ਤੁਸੀਂ ਟਿਕਟ ਲੈਣ ਦੇ ਚਾਹਵਾਨ ਸੀ, ਜਦਕਿ ਮੈਂ ਇਹਨੂੰ ਗਲਤ ਨਹੀਂ ਮੰਨਦਾ, ਕਿਉਂਕਿ ਰਾਜਨੀਤੀ ਵਿੱਚ ਜਿਹੜਾ ਵੀ ਬੰਦਾ ਜਾਂਦਾ ਉਹ ਕਿਤੇ ਨਾ ਕਿਤੇ ਟਿਕਟ ਲੈਣ ਦਾ ਚਾਹਵਾਨ ਹੁੰਦਾ ਵਾ। ਪਰ ਸਵਾਲ ਇੱਕ ਜ਼ਰੂਰ ਕਰੂੰਗਾ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਆ, ਉਹ ਇੰਨੀ ਚਿਰ ਵੇਟ ਕਿਉਂ ਕਰਦੇ ਆ?
ਜੋ ਤੁਸੀਂ ਕਹਿ ਰਹੇ ਜੋ ਚਾਹੇ ਕਿੰਗਰਾ ਸਾਹਿਬ ਕਹਿ ਰਹੇ ਹੋਣ ਚਾਹੇ ਛੋਟੇਪੁਰ ਸਾਹਿਬ ਕਹਿ ਰਹੇ ਹੋਣ ਪਵਿੱਤਰ ਸਿੰਘ ਕਹਿ ਰਹੇ ਹੋਣ ਚਾਹੇ ਕੇਜਰੀਵਾਲ ਸਾਹਿਬ ਦੇ ਤੁਸੀਂ ਇਹ ਅੱਜ 200 ਕਰੋੜ ਦੀ ਗੱਲ ਕਰ ਰਹੇ ਜੋ ਮੈਂ ਤੇ ਪੰਜਾਬ ਤੋਂ ਨਸ਼ਾ ਖਤਮ ਦੀ ਗੱਲ ਕਰ ਰਹੇ ਜੋ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਮੈਨੂੰ ਤੇ ਉੱਤੇ ਸਵਾਲ ਆ ਫਿਰ ਕਿੱਦਾਂ ਤੁਸੀਂ ਸਾਰੇ ਅਰਵਿੰਦ ਕੇਜਰੀਵਾਲ ਨਾਲ ਜੁੜੇ ਰਹੇ ਜਾਂ ਕਿੱਦਾਂ ਤੁਹਾਨੂੰ ਅਜੇ ਵੀ ਅਰਵਿੰਦ ਕੇਜਰੀਵਾਲ ਤੋਂ ਉਮੀਦ ਆ ਕਿ ਇਹ ਪੰਜਾਬ ਦਾ ਭਲਾ ਕਰ ਪਾਊਗਾ ਉਹ ਪਾਰਟੀ ਜੋ ਸਿਧਾਂਤਾਂ ਦੀ ਗੱਲ ਕਰਦੀ ਸੀ ਨੋ ਅਲਾਇੰਸ ਦੀ ਗੱਲ ਕਰਦੀ ਸੀ ਇੱਕ ਵੀ ਅੱਜ ਆਪਣੇ ਸਿਧਾਂਤ ਤੇ ਖੜੀ ਹੋਈ ਨਹੀਂ ਲੱਗ ਰਹੀ ਕਿਉਂ ਤੁਹਾਨੂੰ ਅਜੇ ਵੀ ਕੇਜਰੀਵਾਲ ਤੋਂ ਉਮੀਦ ਆ ਸਾਨੂੰ ਹਜੇ ਵੀ ਹੁਣ ਕੇਜਰੀਵਾਲ ਤੋਂ ਕੋਈ ਉਮੀਦ ਨਹੀਂ ਦੇਖੋ ਤੁਸੀਂ ਤੇ ਕੈਨੇਡਾ 'ਚ ਬੈਠੇ ਹੋ ਬਹੁਤ ਚੰਗੇ ਥਾਂ ਤੇ ਅਸੀਂ ਪੰਜਾਬ ਦੇ ਵਿੱਚ ਫੀਲਡ 'ਚ ਕੰਮ ਕਰਦੇ ਹਾਂ ਔਰ ਕੇਜਰੀਵਾਲ ਨੂੰ ਮੈਂ ਕਈ ਵਾਰ ਮਿਲਿਆ ਉਹਨੂੰ ਸਮਝਾਇਆ ਵੀ ਕਿ ਇਸ ਤਰ੍ਹਾਂ ਨਾ ਕਰੋ ਉਹਨਾਂ ਨੂੰ ਕਿਹਾ ਕਿ ਛੋਟੇਪੁਰ ਨੂੰ ਕੱਢਣ ਨਾਲ ਪਾਰਟੀ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤੇ ਉਹਨੇ ਮੈਨੂੰ ਮੈਂ ਤੁਹਾਨੂੰ ਦੱਸਦਾ ਉਹਨੇ ਇੱਕ ਲਾਈਨ ਦਾ ਮੈਨੂੰ ਜਵਾਬ ਦਿੱਤਾ ਕਹਿੰਦਾ ਹਮ ਸਮਝੌਤੇ ਕੀ ਰਾਜਨੀਤੀ ਮੈਂ ਯਕੀਨ ਨਹੀਂ ਕਰਦੇ ਮੈਂ ਕਿਹਾ ਕੇਜਰੀਵਾਲ ਜੀ ਪੋਲਿਟਿਕਸ ਇਜ਼ ਆਰਟ ਆਫ ਮੇਕਿੰਗ ਕੰਪਰੋਮਾਈਜ਼ਸ ਤੁਹਾਨੂੰ ਦੁਸ਼ਮਣਾਂ ਨਾਲ ਵੀ ਸਮਝੌਤੇ ਕਰਨੇ ਪੈਂਦੇ ਤਾਂ ਪਾਰਟੀ ਦੇ ਬੰਦੇ ਆ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਪੰਜਾਬ ਦੇ ਭਲੇ ਲਈ ਇੰਨੀ ਦੇਰ ਤੋਂ ਲੱਗੇ ਰਹੇ ਆ ਤੁਸੀਂ ਇਹਨਾਂ ਨੂੰ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਬਾਹਰ ਮਾਰਿਆ ਇੰਨੇ ਸੈਲਫਿਸ਼ ਨਾ ਬਣੋ ਪਰ ਉਹਦੇ ਤੇ ਕੋਈ ਗੱਲ ਉਹ ਅਸਰ ਹੀ ਨਹੀਂ ਹੁੰਦਾ ਉਹਦੇ ਤੇ ਉਹ ਇਹੋ ਜਿਹਾ ਡਿਕਟੇਟਰ ਬੰਦਾ ਤੇ ਉਹ ਤਾਂ ਕਹਿ ਦਿੰਦਾ ਜਿਸਨੇ ਛੋੜਨਾ ਛੋੜ ਦੋ ਆਪ ਛੋੜੋ ਤੇ 20 ਹੋਰ ਬੈਠੇ ਆ ਪਾਰਟੀ ਜੁਆਇਨ ਕਰਨੇ ਕੇ ਲੀਏ ਇੱਕੋ ਬੰਦੇ ਦਾ ਕਿੱਦਾਂ ਦਿਲ ਟੁੱਟਦਾ ਜਿਹਨਾਂ ਨੇ ਆਪਣੇ ਘਰ ਬਰਬਾਦ ਕਰ ਲਿਆ ਸੀ ਅਕਾਲੀਆਂ ਨਾਲ ਦੁਸ਼ਮਣੀਆਂ ਲਈਆਂ ਕਾਂਗਰਸੀਆਂ ਨਾਲ ਲਈਆਂ ਇੱਥੇ ਵੱਡੇ ਵੱਡੇ ਗੈਂਗਸਟਰਾਂ ਦੇ ਅੱਗੇ ਖੜੇ ਅਸੀਂ ਆਮ ਆਦਮੀ ਪਾਰਟੀ ਕਰਕੇ ਪੰਜਾਬ ਦੇ ਭੱਲੇ ਲਈ ਖੜੇ ਸਾਨੂੰ ਇੱਥੇ ਕੁਛ ਵੀ ਹੋ ਸਕਦਾ ਇਹਨੂੰ ਉਹਦੀ ਪਰਵਾਹ ਹੀ ਨਹੀਂ ਆਪ ਤਾਂ ਸਿਕਿਉਰਿਟੀ ਲੈ ਕੇ ਫਿਰਦਾ ਅਸੀਂ ਤਾਂ ਫੀਲਡ 'ਚ ਕੰਮ ਕਰਦੇ ਨਾ ਅਸੀਂ ਇਹਦੀਆਂ ਜੜ੍ਹਾਂ ਲਾਈਆਂ ਪੰਜਾਬ ਦੇ ਵਿੱਚ ਤੇ ਇਹਨੂੰ ਕੋਈ ਪਰਵਾਹ ਹੀ ਨਹੀਂ ਇਹ ਕਹਿੰਦਾ ਜਿਸਨੇ ਜਾਣਾ ਹੈ ਜਾਓ ਇਹ ਗੱਲ ਥੋੜੀ ਹੈਗੀ ਹੈ ਇੱਕ ਬੱਚੇ ਵਾਂਗ ਉਹ ਟ੍ਰੀਟ ਕਰਦਾ ਮੈਂ ਉਹ ਸਮਝਦਾ ਕਿ ਓਨੈਸਟ ਪਰਸਨ ਆ ਮੈਂ ਉਹ ਤੋਂ ਡਿਨਾਈ ਨਹੀਂ ਕਰਦਾ ਪਰ ਓਨੈਸਟ ਪਰਸਨ ਦੇ ਨਾਲ ਉਹ 'ਚ ਵਿਜ਼ਡਮ ਵੀ ਹੋਣੀ ਚਾਹੀਦੀ ਉਹ ਸਿਆਣਪ ਵੀ ਹੋਣੀ ਚਾਹੀਦੀ ਨਾ ਉਹ ਕੰਨਾ ਹੀ ਓਨੈਸਟ ਥੋੜੀ ਹੈਗਾ ਅਸੀਂ 35 ਸਾਲ ਤੋਂ ਸਮਾਜ ਸੇਵਾ ਕਰ ਰਹੇ ਉਹ ਤਾਂ ਹੋਣਾ ਆ 5-7 ਸਾਲ ਤੋਂ ਔਰ ਇਸ ਬੰਦੇ ਦੀ ਕੁਰਬਾਨੀ ਕਹਿੰਦੇ ਜੀ ਕੇਜਰੀਵਾਲ ਦੀ ਬੜੀ ਵੱਡੀ ਕੁਰਬਾਨੀ ਹੈ ਕੁਰਬਾਨੀ ਕੀ ਹੈ ਜੋਬ ਛੱਡਤੀ ਜੋਬ ਛੱਡ ਕੇ ਸੀਐਮ ਬਣ ਗਿਆ ਕੁਰਬਾਨੀ ਤਾਂ ਇੱਥੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਟੱਬਰਾਂ ਦੇ ਟੱਬਰੇ ਉੱਜੜ ਗਏ ਮਾਰੇ ਗਏ ਵਿਚਾਰੇ ਕੁਰਬਾਨੀ ਤਾਂ ਉਹਨਾਂ ਦੀ ਨਹੀਂ ਹੈਗੀ ਇਹਨਾਂ ਦੀ ਕਦੀ ਕੁਰਬਾਨੀ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਥੇ ਮੇਰੇ ਕੋਲ ਤੁਸੀਂ ਫਾਰਮ ਹਾਊਸ ਤੇ ਆ ਕੇ ਦੇਖ ਲਓ ਮੇਰੇ ਨਾਲ 500 ਬੋਤਲ ਪਈ ਹੋਣੀ ਹੈ ਜਿਹੜੀ ਪੀ ਗਏ ਆ ਫੇਰਾ ਕਹਿਣ ਤੇ ਰੁਕੇ ਹੀ ਨਹੀਂ ਇਹ ਕਦੇ ਆਪਣੇ ਕੋਲ ਸਬੂਤ ਹੋਣ ਦੀ ਗੱਲ ਵੀ ਕੀਤੀ ਜੇ ਤੁਹਾਡੇ ਕੋਲ ਸਬੂਤ ਹੈ ਤੇ ਜਨਤੀ ਕਿਉਂ ਨਹੀਂ ਕਰ ਰਹੇ ਵੇਟ ਕਿਸ ਚੀਜ਼ ਦੀ ਕਰ ਰਹੇ ਜੋ ਦੇਖੋ ਜੀ ਜਲਦੀ ਜਲਦੀ ਕਰ ਦਿੰਦੇ ਹੈਗੇ ਆ ਕਈ ਪਰਸਨਲ ਕੰਮ ਵੀ ਹੁੰਦੇ ਆ ਇੱਥੇ ਅਸੀਂ ਹੁਣ ਉਹ ਵੀ ਕਰ ਰਹੇ ਹੈਗੇ ਇੱਕ ਜਿਹੜਾ ਸਾਡਾ ਜਿੰਨਾ ਹੈਗਾ ਸਾਰਿਆਂ ਨਾਲ ਸਲਾਹ ਕਰਕੇ ਮੈਂ ਇਹ ਨਹੀਂ ਚਾਹੁੰਦਾ ਕਿ ਆਪਣੇ ਆਪ ਨੂੰ ਪਬਲਿਸਾਈਜ਼ ਕਰਨ ਦੇ ਲਈ ਮੈਂ ਬਾਕੀਆਂ ਦੀ ਸਲਾਹ ਤੋਂ ਬਿਨਾਂ ਹੀ ਚੱਲਾ ਉਹ ਸਾਰੇ ਜਿਹੜੇ ਨਾਲ ਮੇਰੇ ਹੈ ਜੁੜੇ ਹੋਏ ਵਿਚਾਰੇ ਉਹਨਾਂ ਨੇ ਵੀ ਮਿਹਨਤ ਕੀਤੀ ਆ ਉਹਨਾਂ ਦੇ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਾਂਗਾ ਮੈਂ ਇੱਥੇ ਹੋਰ ਵੱਡੇ ਵੱਡੇ ਜਿਹੜੇ ਲੀਡਰ ਆ ਆਮ ਆਦਮੀ ਪਾਰਟੀ ਦੇ ਉਹ ਵੀ ਨਾਲ ਹੈ ਸਾਡੇ ਸਾਰੇ ਹੀ ਔਰ ਅਸੀਂ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਿਸੇ ਦਿਨ ਥੋੜੇ ਦਿਨਾਂ ਦੇ ਵਿੱਚ ਹੀ ਇਹ ਕਰ ਦਿਆਂਗੇ ਠੀਕ ਹੈ ਸਰ ਪਰ ਯਾਰ ਸਾਹਿਬ ਮੈਂ ਤੁਹਾਨੂੰ ਪਤਾ ਤੁਸੀਂ ਘੱਟ ਸਮੇਂ ਵਾਸਤੇ ਜੁੜੇ ਜੋ ਮੇਰੇ ਨਾਲ ਕੁਝ ਪੈਨਲਿਸਟ ਵੀ ਹੈ ਜੇ ਉਹਨਾਂ ਚੋਂ ਕੋਈ ਸਵਾਲ ਪੁੱਛਣਾ ਚਾਹੇ ਪਲੀਜ਼ ਗੋ ਅਹੈਡ ਤਲਰਾਜ ਜੀ ਸਬਦੀਸ਼ ਜੀ ਮੈਂ ਇੱਕ ਬਹੁਤ ਸਿੰਪਲ ਜਿਹਾ ਸਵਾਲ ਕਰਨਾ ਚਾਹਾਂਗਾ ਕੋਈ ਵੀ ਬੰਦਾ ਜਦੋਂ ਕਿਸੇ ਪਾਰਟੀ ਤੋਂ ਬਹੁਤ ਵੱਡੀਆਂ ਆਸਾਂ ਲਾ ਕੇ ਆਉਂਦਾ ਵਾ ਮੈਂ ਇਸ ਗੱਲ ਬਾਰੇ ਸਮਝ ਸਕਦਾ ਕਿ ਜਦੋਂ ਉਹਦੀਆਂ ਆਸਾਂ ਟੁੱਟਦੀਆਂ ਵਾ ਦਿਨ ਵੀ ਉਹ ਇੰਤਜ਼ਾਰ ਕਰਦਾ ਕਿਉਂਕਿ ਉਹਨੂੰ ਆਸ ਹੁੰਦੀ ਕਿ ਸ਼ਾਇਦ ਸੁਧਾਰ ਹੋ ਜਾਵੇ ਔਰ ਸੁਧਾਰ ਦੀ ਗੁੰਜਾਇਸ਼ ਜਦੋਂ ਖਤਮ ਹੁੰਦੀ ਤਦ ਹੀ ਉਹਨੂੰ ਜਨਤਕ ਫਰੰਟ ਦੇ ਉੱਤੇ ਜਾ ਕੇ ਆਪਣਾ ਗਿਲਾ ਜ਼ਾਹਰ ਕਰਨਾ ਪੈਂਦਾ ਮੈਂ ਸਿਰਫ ਤੁਹਾਨੂੰ ਇੱਕ ਸਿੰਪਲ ਸਵਾਲ ਇਹ ਕਰਨਾ ਚਾਹੁੰਦਾ ਕਿ ਮੈਂ ਵੀ ਜੇ ਇਹ ਮੰਨ ਲਵਾਂ ਕਿ ਕੇਜਰੀਵਾਲ ਸਾਹਿਬ ਬਹੁਤ ਓਨੈਸਟ ਨੇ ਹਾਲਾਂਕਿ ਜੇ ਉਹ 200 ਕਰੋੜ ਰੁਪਏ ਦਾ ਲੋਕਾਂ ਨੂੰ ਹਿਸਾਬ ਨਹੀਂ ਦੇ ਰਹੇ ਓਨੈਸਟੀ ਉਹਨਾਂ ਦੀ ਸ਼ੱਕੀ ਹੋ ਜਾਂਦੀ ਹੈ ਜੇ ਤੁਹਾਡਾ ਇਹ ਇਲਜ਼ਾਮ ਸੱਚਾ ਹੈ ਤਾਂ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਇਮਾਨਦਾਰੀ ਜੇ ਵਿਜ਼ਡਮ ਤੋਂ ਬਿਨਾਂ ਹੋਵੇ
कि उस इमानदारी समाज के पक्ष के मनिया जा सकता कि इस तरह की इमानदारी भी अपने आप दे एक समाज के भले दे संघर्ष के रोग की तरह एस्टैबलिश नहीं हो जाती क्योंकि तुसी सच नूं देखे बिना फैसले लेने शुरू कर देने हो और इमानदारी जे रोग होवे कि वो भी पॉजिटिव मनी जानी चाहिए है। हाँ जी सही गल है तुहाडी। देखो इमानदारी ये नहीं कि कला ही बंदा कहे मैं ही कला इमानदार हाँ पूरे देश दे विच होर कोई इमानदार होवे ही ना, वो तो इस तरह की सोच लैके चल रहा है कि जे कोई होर इमानदार बंदा या कोई होर उन्हें पूरे पंजाब के इमानदार लोगों नूं इगनोर कर दिता, उन्हें पंजाब के पूरे इंटैलीजेंसिया नूं इगनोर कर दिता, इत्थे इन्ने इन्ने बुद्धिजीवी बैठे किसी नूं उन्हें कदे हद तक नहीं मिलाया, किसी नाल गल नहीं की, पंजाब के जिहड़े निरोल धार्मिक जथेबंदियां उन्हां नाल कदे नहीं मिलिया, वो जिहड़े कि पूरे गॉड फेयरिंग लोग है जिन्होंने कि बहुत वड्डिया कुर्बानियां कीतियां पंजाब के लिए उन्होंने इगनोर करता रहा, इसने तो बंदे ने सारा कुछ ही इगनोर कर दिता। देखो पंजाब दे विच असी मिसरूल देखा हैगा लंबे समय तो, पंजाब वड्डिया वड्डिया ट्रैजडिया के डार्क डेज के विचों लंघिया, वी कैन नॉट लैट दैट हिस्टरी रिपीट अगेन, असी उस सोच नाल तुरे हुए हाँ, वी कैन नॉट लैट अनदर डिक्टेटर रूल ओवर अस, इस तरह ये डिक्टेटर बन के राज करना चाहता और दिल्ली वाली टीम भेज के इतने साढ़े उत्ते सोच दी गई उ फैसले करते सारे, इस तरह हुशियारपुर के आस पास दुआबे दिन सारिया टिकट पूरे पंजाब दिया ना, भगवंत मान बेचारे लल्लू पूछा ही नहीं किसी ने किनू टिकट देनी किनू नहीं, उस को ड्रामे ही कराई जाते, कॉमेडी कराई जाते, लोगों को हसाई जाते, तो इनू भुगी देखो तुम हम अभी वी कैन नॉट लैट दीज कमेडियंस रन पंजाब, समझते तुम, वी वॉन्ट टू बी मास्टर ऑफ अवर ओन डेस्टनी, वी कैन नॉट लैट पंजाब let them control Punjab with remote control, ਜਿੱਦਾਂ ਕੇਜਰੀਵਾਲ ਚਾਹੁੰਦਾ ਸੀ remote control ਨਾਲ ਹੀ ਪੰਜਾਬ ਨੂੰ ਚਲਾਉਣਾ ਹੈਗਾ, ਉੱਥੋਂ ਬੈਠਿਆ ਨੇ ਦਿੱਲੀ ਤੋਂ, ਆਪਾਂ ਇਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਾਂ, ਤੁਸੀਂ ਕੈਨੇਡਾ ਦੇ ਵਿੱਚ ਇੰਨੇ ਪੰਜਾਬੀ ਰਹਿੰਦੇ ਹੋ, ਤੁਸੀਂ ਇਹ ਸਹਿ ਲਓਗੇ ਕਿ ਪੰਜਾਬ ਦਾ ਜਿਹੜਾ ਰਾਜ ਅਸੀਂ ਤਾਂ ਅੱਗੇ ਤੰਗ ਆ ਕਿ ਸੋਨੀਆ ਗਾਂਧੀ ਇੱਥੋਂ ਟਿਕਟਾਂ ਅਨਾਊਂਸ ਕਰੀ ਜਾਂਦੀ ਹੈ, ਇੱਕ ਹੁਣ ਨਵੀਂ ਪਾਰਟੀ ਹੈ ਜਿਹੜੀ ਇਹਦੇ ਕਿ 27 ਸਾਲ ਦਾ ਦਰਗੇਸ਼ ਪਾਟ ਕੇ ਸਾਰੀਆਂ ਟਿਕਟਾਂ ਡਿਸਾਈਡ ਕਰ ਗਿਆ ਪੰਜਾਬ ਦੀਆਂ ਕਿੰਨੀਆਂ ਕਰਨੀ ਕਿਹਨੂੰ ਦੇਣੀ ਕਿਹਨੂੰ ਨਹੀਂ ਦੇਣੀ, और कई टिकटा नहीं वेचिया, सारिया नहीं कहते वेचिया, कुछ जिहड़ियां नहीं वेचिया ना वो यह कारण है कि वह थोड़े जे गरीब बंदियां नूं दे दित्तियां तां कि इन्हां दा इमेज बनिया रहे, असीं सारिया ही नहीं वेचिया, असीं इन्हां नूं यह जांच नहीं दे सकते कि तुसीं पंजाब नूं कोई अलकोहलिक ड्रगी दे कमेडियंस डांसरां दे हत्थ फड़ा रहे हो तुसीं पंजाब नूं, यार वी नीड हियर सीरियस गवर्नेंस, पंजाब बहुत जागृत हो गए है। केजरीवाल साहब की तारीफ करते नहीं, जे एंटी करप्शन के नाते पार्टी खड़ी हुई सी, जेडे सिद्धांत पार्टी खड़ी हुई सी, जे तुसी ये सारे पार्टी नाल जुड़े सी वधिया गल सी, तुसी सारे जे मिल के एक वधिया पोलिटिकल पार्टी बनाउंदे ते बहुत वधिया गल सी, पर जे अज पार्टी उस सिद्धांतां ते रही नहीं ते क्यों तुसी सारे अजे भी बाकी लीडर आ अजे भी केजरीवाल या आम आदमी पार्टी नाल मिल के उही गल्लां करन दे जो जो कांग्रेस अते अकाली दल पिछले 60 साल तो 65 साल तो करदे आ रहे ने, पहला अकाली बेवकूफ बनाउंदे सी कांग्रेस बनाउंदे सी, हुण तुसी सारे भी मिल के पंजाब दे लोकां नूं, मैं सही वर्ड यूज करा करना ते नहीं चाहीदा पर बेवकूफ बनाउण दी कोशिश कर रहे जो, क्यों क्यों नहीं तुसी सारे उठ के सच सामने लियाउंदे लोकां दे कि इस पार्टी दा आ सच आ, ਉਹੀ ਆ ਸਰ ਉਹੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਆ ਜਿਹੜੀ ਗੱਲਬਾਤ ਮੈਂ ਤੁਹਾਨੂੰ ਦੱਸ ਰਿਹਾ ਇਹ ਪੰਜਾਬ ਦੇ ਲੋਕਾਂ ਦੇ ਅੱਗੇ ਸੱਚ ਦੱਸਣ ਦੀ ਗੱਲ ਹੈ ਤਾਂ ਕਿ ਉਹ ਸਹੀ ਪਾਸੇ ਲੱਗ ਸਕਣ, ਉਹ ਦੁਬਾਰਾ ਬੇਵਕੂਫ ਨਾ ਬਣਨ, ਇਸ ਲਈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਲੋਕ ਵਿਚਾਰੇ ਬੇਵਕੂਫ ਹੀ ਬਣੀ ਜਾਂਦੇ ਆ, ਇਹਨਾਂ ਦੇ ਮੈਂ ਕਹਿੰਦਾ ਕੋਈ ਮਾੜੇ ਕਰਮ ਹੈ ਕਿ ਪੰਜਾਬ ਨੂੰ ਕੈਨੇਡਾ ਵਰਗਾ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਮਿਲ ਸਕਦਾ, ਪੰਜਾਬ ਨੂੰ ਹੋਰ ਚੰਗੇ ਦੇਸ਼ਾਂ ਵਰਗਾ ਲੀਡਰ ਕਿਉਂ ਨਹੀਂ ਮਿਲ ਸਕਦਾ, ਪੰਜਾਬ ਨੂੰ ਸਦਾ ਭੈੜੇ ਨੂੰ ਭੈੜਾ ਹੀ ਟੱਕਰਦਾ, ਉਸ ਕਾਰਨ ਕਰਕੇ ਅਸੀਂ ਦੁਖੀ ਆ ਔਰ ਅਸੀਂ ਇਸ ਬਾਰੇ ਸੰਘਰਸ਼ ਕਰ ਰਹੇ ਹੈਗੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਬਾਕੀ ਵਾਹਿਗੁਰੂ ਰੱਬ ਤੇ ਦੇ ਹੱਥ ਹੈਗਾ, ਜਿਹਨੂੰ ਉਹਨਾਂ ਪਾਵਰ ਦੇਣੀ ਆ ਉਹਨੂੰ ਹੀ ਮਿਲਦੀ ਹੈ, ਤੇ ਜਿੱਥੇ ਤੱਕ ਇਹਨਾਂ ਦੀ ਗੱਲ ਹੈਗੀ ਨਾ, ਇਹ ਅਸੀਂ ਤਾਂ ਤੁਸੀਂ ਫੂਲਕੇ ਬਾਰੇ ਤੁਸੀਂ ਦੱਸਿਆ, ਫੂਲਕਾ ਸਾਹਿਬ ਆਪ ਬੜੇ ਦੁਖੀ ਹੈ ਇਸ ਪਾਰਟੀ ਦੇ ਵਿੱਚ ਆ ਕੇ, ਖਹਿਰਾ ਇੰਨਾ ਦੁਖੀ ਹੈਗਾ
ਉਹਨਾਂ ਨੂੰ ਕੋਈ ਪੁੱਛਦਾ ਹੀ ਨੀਗਾ। ਫੂਲਕੇ ਦੇ ਕਹਿੰਦੇ ਇੱਕ ਵੀ ਟਿਕਟ ਨਹੀਂ ਦਿੱਤੀ ਗਈ। ਫੂਲਕੇ ਨੇ ਇੱਕ ਟਿਕਟ ਦਵਾ ਸਕਿਆ ਆਪਣੇ ਰਿਸ਼ਤੇਦਾਰ ਨੂੰ ਕੰਗ ਨੂੰ, ਉਹ ਵੀ ਬੜੀ ਮੁਸ਼ਕਿਲ ਨਾਲ। ਪਰ ਯਾਰ ਸਾਹਿਬ ਦੇਖੋ, ਇਹ ਵੀ ਤੁਸੀਂ ਗਲਤ ਕਹਿ ਰਹੇ ਜੋ, ਇਹ ਵੀ ਗਲਤ ਕਹਿ ਰਹੇ ਜੋ ਕਿ ਫੂਲਕੇ ਦੇ ਕਹਿਣ ਤੇ ਟਿਕਟ ਨਹੀਂ ਦਿੱਤੀ ਗਈ, ਖਹਿਰੇ ਦੇ ਕਹਿਣ ਤੇ ਟਿਕਟ ਨਹੀਂ ਦਿੱਤੀ ਗਈ। ਜੇ ਫੂਲਕੇ ਸਾਹਿਬ ਜਾਂ ਖਹਿਰੇ ਦੇ ਕਹਿਣ ਤੇ ਟਿਕਟ ਦਿੱਤੀ ਜਾਣੀ ਸੀ, ਫਿਰ ਦੁਰਗੇਸ਼ ਜਾਂ ਸੰਜੇ ਸਿੰਘ ਜਾਂ ਕੇਜਰੀਵਾਲ ਤੇ ਉਹਨਾਂ 'ਚ ਕੋਈ ਫਰਕ ਨਹੀਂ ਆ। ਮੈਂ ਸਿਧਾਂਤਾਂ ਦੀ ਗੱਲ ਕਰ ਰਿਹਾ ਵਾਂ, ਸਿਧਾਂਤਾਂ ਦੀ ਗੱਲ ਅੱਜ ਫੂਲਕਾ ਸਾਹਿਬ ਵੀ ਨਹੀਂ ਕਰ ਰਹੇ, ਖਹਿਰਾ ਸਾਹਿਬ ਵੀ ਨਹੀਂ ਕਰ ਰਹੇ। ਜੇ ਪਾਰਟੀ ਵਿੱਚ ਜਾਂ ਅਰਵਿੰਦ ਕੇਜਰੀਵਾਲ ਵਿੱਚ ਕਮੀ ਹੈ ਤਾਂ ਉਸ ਕਮੀ ਨੂੰ ਲੋਕਾਂ ਦੇ ਸਾਹਮਣੇ ਰੱਖੋ। ਦੇਖੋ ਇਹ ਜਿੰਨਾ ਲੀਡਰਾਂ ਦਾ ਤੁਸੀਂ ਨਾਂ ਲਿਆ ਨਾ, ਫੂਲਕਾ, ਖਹਿਰਾ, ਭਗਵੰਤ ਮਾਨ, ਇਹ ਕੇਜਰੀਵਾਲ ਤੋਂ ਇੰਨਾ ਕੁ ਡਰਦੇ ਨਾ, ਇਹ ਬੋਲ ਹੀ ਨਹੀਂ ਸਕਦੇ ਉਹਦੇ ਅੱਗੇ। ਉਹ ਡਿਕਟੇਟਰ ਆ, ਉਹ ਗੱਲ ਹੀ ਨਹੀਂ ਸੁਣਦਾ ਕਿਸੇ ਦੀ। ਉਹਦਾ ਡਿਕਟੇਟਰਸ਼ਿਪ ਐਟੀਚਿਊਡ ਹੈਗਾ, ਉਹ ਕੱਢ ਕੇ ਬਾਹਰ ਮਾਰਦਾ ਮਿੰਟਾਂ ਚ ਪਾਰਟੀ। ਉਹਨੇ ਆਪਣੇ ਦੋ MP ਕੱਢ ਦਿੱਤੇ, ਉਹਨਾਂ ਦੀ ਪਰਵਾਹ ਨਹੀਂ ਕੀਤੀ। ਜਦੋਂ ਮੈਂ ਵੀ ਮਿਲਿਆ, ਮੈਂ ਉਸਨੂੰ ਇੱਕ ਵਾਰੀ ਭਗਤ ਸਿੰਘ ਦੀ ਭਾਣਜੀ ਆ ਗੁਰਜੀਤ ਕੌਰ ਢਾਕੇ, ਕੋਈ ਇੱਕ ਮੇਰਾ ਖਿਆਲ ਉਹਦੀ ਲਿਵਿੰਗ ਜੋ ਹੈ ਇਸ ਵੇਲੇ ਜਿੰਦਾ ਵੀ ਨੀਅਰੈਸਟ ਰੈਲੇਟਿਵ ਉਹ ਹੈਗੀ ਆ, ਹੁਸ਼ਿਆਰਪੁਰ ਦੇ ਨੇੜੇ ਹੀ ਰਹਿੰਦੇ ਉਹ ਪਿੰਡ ਅੰਬਾਲਾ ਜੱਟਾਂ ਚ। ਤੇ ਉਹ ਉਹਨਾਂ ਨੂੰ ਲੈ ਕੇ ਗਿਆ ਵਿਚਾਰਿਆਂ ਨੂੰ, ਫਿਰ ਇੰਨੇ ਲੰਬੇ ਸਮੇਂ ਤੋਂ ਇੰਨੀ ਕੁਰਬਾਨੀ ਵਾਲੀ ਫੈਮਿਲੀ ਆ, ਤੇ ਅਸੀਂ ਚਾਹੁੰਦੇ ਸੀਗੇ ਕਿ ਉਸ ਹਲਕੇ ਤੋਂ ਗਲਤ ਲੋਕਾਂ ਨੂੰ ਪਰੇ ਕੱਢ ਕੇ ਇਸ ਲੇਡੀ ਨੂੰ ਟਿਕਟ ਦਵਾਈ ਜਾਵੇ। ਤੇ ਪਰ ਜਦੋਂ ਮੈਂ ਨਾਲ ਗਿਆ, 19 ਅਗਸਤ ਨੂੰ ਗਏ ਅਸੀਂ ਕੇਜਰੀਵਾਲ ਜੀ ਨੂੰ ਮਿਲਣ ਉਹਦੇ ਨਾਲ, ਤੇ ਕੇਜਰੀਵਾਲ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਮੈਂ 2-3 ਵਾਰੀ ਕਿਹਾ, ਮੈਂ ਕਿਹਾ ਜੀ ਇਹ ਭਗਤ ਸਿੰਘ ਦੀ ਭਾਣਜੀ ਆ, ਹਾਂਜੀ ਉਹਨੇ ਉਹ ਹੈ ਹੀ ਨਹੀਂ ਸੀ ਜੋ ਉਹਦੇ ਦਿਮਾਗ ਦੇ ਵਿੱਚ ਹੈ ਕੋਈ ਚੀਜ਼ ਆ ਕਿ ਨਹੀਂ ਹੈ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਬਹੁਤ ਕੁਛ ਗਲਤ ਹੋ ਰਿਹਾ ਪਾਰਟੀ ਦਾ। ਉਹ ਕਹਿ ਰਿਹਾ ਜੀ ਸਬੂਤ ਲੈ ਕੇ ਆਓ, ਐਸੇ ਤੋਂ ਬਾਤਾਂ ਹੀ ਹੁੰਦੀ ਰਹਿਤੀ ਹੈ, ਹੁੰਦਾ ਹੀ ਹੈ, ਸਭ ਚਲਤਾ ਹੀ ਹੈ, ਇਹੋ ਜਿਹਾ ਸਵਾਲ ਉਹਦੇ ਜਵਾਬ ਦੇ ਕੇ ਸਾਨੂੰ ਤੋਰ ਦਿੱਤਾ। ਤੇ ਇਹਨਾਂ ਬੰਦਿਆਂ ਦੀ ਜਿਹੜਾ ਤੁਸੀਂ ਕਹਿੰਦੇ ਜਿਹਨਾਂ ਨੂੰ ਟਿਕਟਾਂ ਮਿਲੀਆਂ, ਇਹਨਾਂ ਦੀ ਵਿਚਾਰਿਆਂ ਦੀ ਕੋਈ ਬੁਕਤ ਨੀ ਪਾਰਟੀ ਦੇ ਵਿੱਚ। ਇਹਦਾ ਆਪਣਾ ਫੇਸ ਸੇਵ ਕਰ ਰਹੇ ਆ, ਕਿਤੇ ਹੋਰ ਭੱਜਣ ਦਾ ਥਾਂ ਹੈ ਨੀਗਾ। ਇਹ ਕਹਿੰਦੇ ਚਲੋ ਸ਼ਾਇਦ ਵੇਵ ਚੱਲ ਰਹੀ ਹੈ, ਸਾਡਾ ਸੂਟ ਲੱਗ ਜਾਏ, MLA ਬਣ ਜਾਈਏ, ਮੰਤਰੀ ਬਣ ਜਾਈਏ, ਇਹੀ ਹੈਗਾ ਨਾ। ਹਾਂਜੀ ਸਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ NRI ਵਿੰਗ ਦੇ ਨਾਲ ਜੁੜੇ ਰਹੇ ਹੈਗੇ ਹੋ, ਇੱਕ ਜਿਹੜਾ ਹੋਰ ਇਲਜ਼ਾਮ ਲੱਗਦਾ ਕਿ ਜਿਹੜੇ NRI ਵੀਰ ਪੈਸਾ ਭੇਜਦੇ ਪਏ ਆ ਉਹ ਪੈਸਾ ਮਿਸਯੂਜ਼ ਹੁੰਦਾ ਪਿਆ, ਕਿੰਨਾ ਕੁ ਪੈਸਾ ਤੁਹਾਡੇ ਅਕੋਰਡਿੰਗਲੀ ਜੀਆਂ ਜਿਹੜੇ ਤੁਹਾਡੇ ਸੰਪਰਕ ਵਿੱਚ NRI ਸੀਗੇ ਉਹ ਇੰਡੀਆ ਦੇ ਵਿੱਚ ਆਇਆ, ਤੇ ਕੀ ਉਹ ਪੈਸਾ ਜਾਇਜ਼ ਤਰੀਕੇ ਨਾਲ ਆਇਆ ਕਿ ਹਵਾਲੇ ਥਰੂ ਆਇਆ? ਪਹਿਲਾ ਸਵਾਲ। ਦੂਜਾ ਸਵਾਲ, ਜੇ ਉਹ ਪੈਸਾ ਆਇਆ ਤੇ ਉਹ ਪੈਸਾ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਇਆ ਜਾਂ ਉਹਦਾ ਮਿਸਯੂਜ਼ ਕੀਤਾ ਗਿਆ? ਦੇਖੋ ਮੇਰੇ ਕੋਲ ਪੂਰੀ ਡਿਟੇਲਸ ਤੇ ਹੈ ਨਹੀਂ, ਮੈਂ ਕਢਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਤੇ NRI ਵਿੰਗ ਦੇ ਜਿਹੜੇ ਇਹਨਾਂ ਦੇ ਨੈਸ਼ਨਲ ਲੀਡਰ ਹੈਗੇ ਆ ਉਹ ਕੁਮਾਰ ਵਿਸ਼ਵਾਸ ਜੀ ਆ, ਉਹ ਉਹਨਾਂ ਨੂੰ ਵੀ ਮਿਲਿਆ ਮੈਂ ਉਹਨਾਂ ਦੇ ਆਫਿਸ ਦੇ ਵਿੱਚ, ਤੇ ਹੋਰ ਵੀ ਕੁਛ NRI ਸੀਗੇ ਸੀ ਉਹਨਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਮਿਲੇ ਆ। ਤੇ ਉਹ ਉਹਨਾਂ ਨੇ NRI ਵਿੰਗ ਉਦੋਂ ਬਣਾਈ ਸਾਡੇ ਆਹਦੇ ਉਹਦੇ ਵੀ ਅਨਾਊਂਸ ਕੀਤੇ ਉਹਨੇ ਆ, ਤੇ ਉਹਦੇ ਵਿੱਚ ਉਹਨੇ ਕਿਹਾ ਸੀਗਾ, ਮੈਂ ਉਹਨਾਂ ਨੂੰ ਕੁਮਾਰ ਵਿਸ਼ਵਾਸ ਜੀ ਨੂੰ ਪੁੱਛਿਆ ਸੀਗਾ, ਸੰਜੇ ਸਿੰਘ ਦੁਰਗੇਸ਼ ਪਾਠਕ ਵੀ ਨਾਲ ਹੀ ਸੀ ਕੋਲ ਹੀ ਬੈਠੇ, ਤੇ ਮੈਂ ਕਿਹਾ ਜੀ, ਕਹਿੰਦੇ ਜੀ ਤੁਸੀਂ ਫੰਡ ਰੇਜ਼ਿੰਗ ਕਰਨੀ ਹੈ, ਤੇ ਮੈਂ ਕਿਹਾ ਟਾਰਗੇਟ ਕਿੰਨਾ ਕੁ ਹੈਗਾ? ਕਹਿੰਦੇ ਜੀ 100 ਕਰੋੜ ਦਾ ਟਾਰਗੇਟ ਹੈ, ਤੇ ਬਾਹਰੋਂ ਜਿਹੜਾ ਤੁਸੀਂ ਇਕੱਠਾ ਕਰਨਾ। ਤੇ ਉਹਦੇ ਚੋਂ ਮੇਰਾ ਖਿਆਲ ਹੁਣ ਪਤਾ ਨੀ ਕੁਝ ਕਈ ਮਿਲੀਅਨ ਡਾਲਰ ਤਾਂ USA ਤੋਂ ਹੋ ਗਿਆ, ਕਈ ਵਿਚਾਰਿਆਂ ਨੇ ਇਮੋਸ਼ਨਲ ਹੋ ਕੇ $1,00,000 ਵੀ ਦੇ ਦਿੱਤਾ, ਕਈਆਂ ਨੇ $25,000-$25,000 ਵੀ ਦੇ ਦਿੱਤੇ, $1,000 ਵਾਲੇ ਤਾਂ ਮੇਰਾ ਖਿਆਲ ਅਣਗਿਣਤੀ ਸੀਗੇ। ਤੇ ਇਹ ਪੈਸਾ ਮੇਰਾ ਖਿਆਲ ਜਿਹੜਾ ਤਾਂ ਇਹ ਕਿਸੇ ਤਰ੍ਹਾਂ ਕੱਢਿਆ ਗਿਆ, ਕਈਆਂ ਨੇ ਇੱਥੇ ਰੱਖਿਆ ਹੋਇਆ, ਤੇ ਮੈਂ ਤਾਂ ਇਹੀ ਚਾਹਾਂਗਾ ਕਿ ਇਹਦੀ SBI ਜਾਂ ਹੋਰ ਏਜੰਸੀ ਜੋ ਹੈ ਉਹਦੀ ਇੰਟਰਨੈਸ਼ਨਲ ਲੈਵਲ ਤੇ ਇਨਵੈਸਟੀਗੇਸ਼ਨ ਕਰੇ ਤਾਂ ਕਿ ਇਹਨਾਂ ਦਾ ਸੱਚ ਬਾਹਰ ਆਵੇ, ਕਿਉਂਕਿ ਉਹ ਅਸੀਂ ਨਹੀਂ ਕਰ ਸਕਦੇ ਉਹਨਾਂ ਵੱਲੋਂ ਨਾ। ਇਹ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਹੈਗੀਆਂ ਸਰਕਾਰਾਂ ਦੀਆਂ, ਉਹਨਾਂ ਨੂੰ ਕਰਨਾ ਚਾਹੀਦਾ ਨਾ, ਸਾਨੂੰ ਸਾਡੀ ਡਿਊਟੀ ਹੈ। ਅਸੀਂ ਤਾਂ ਇਨਫੋਰਮੇਸ਼ਨ ਹੀ ਨਹੀਂ ਦੇ ਸਕਦੇ ਜੀ ਆਹ ਗਲਤ ਹੋ ਗਿਆ, ਇੱਥੇ ਆਹ ਕ੍ਰਾਈਮ ਹੋ ਗਿਆ, ਕਿਉਂਕਿ ਸਰ ਤੁਸੀਂ ਇਹ ਮੰਨਦੇ ਹੋ ਕਿ ਹਵਾਲੇ ਥਰੂ ਵੀ ਪੈਸਾ ਆਇਆ ਹੋਏਗਾ? ਦੇਖੋ ਮੈਂ ਕੋਈ ਮੇਰੇ ਕੋਲ ਸਬੂਤ ਤਾਂ ਹੈ ਨਹੀਂ ਜਿਹੜਾ ਮੈਂ ਐਵੇਂ ਇਲਜ਼ਾਮ ਲਾਵਾਂ ਗਲਤ ਹੁੰਦਾ ਇਸ ਤਰ੍ਹਾਂ ਕਰਨਾ, ਤੇ ਸ਼ਾਇਦ ਆਇਆ ਹੋਵੇ ਤਾਂ ਉਹਦੀ ਮੈਨੂੰ ਕੋਈ ਨੌਲੇਜ ਨਹੀਂ ਪਿਆ। ਆਉਂਦਾ ਹੀ ਹੈ ਕਿ ਇੰਡੀਆ ਦੇ ਵਿੱਚ ਸਭ ਕੁਛ ਚੱਲਦਾ ਹੈਗਾ, ਇੱਧਰ ਦੇ ਦਿਓ ਇੱਧਰ ਲੈ ਲਓ, ਪਤਾ ਨਹੀਂ ਕਿਸ ਤਰ੍ਹਾਂ ਕੀਤਾ ਹੈ, ਮੈਂ ਉਹਦੇ ਬਾਰੇ ਕੁਛ ਬਹੁਤਾ ਕਹਿਣਾ ਨਹੀਂ ਚਾਹੁੰਦਾ। ਹਾਂਜੀ, ਹੋਰ ਮੇਰਾ ਖਿਆਲ ਬਹੁਤਾ ਡਿਟੇਲ 'ਚ ਨਾ ਜਾਈਏ, ਅਸੀਂ ਨਾ ਥੋੜ੍ਹੀ ਦੇਰ ਨਾਲ ਪ੍ਰੈਸ ਕਾਨਫਰੰਸ ਕਰਾਂਗੇ, ਤੁਸੀਂ ਜਿੰਨੀ ਲੰਬੀ ਦੇ ਵਿੱਚ ਸਵਾਲ ਬਣ ਪੁੱਛੋ। ਥੈਂਕ ਯੂ ਪ੍ਰਿਆ ਸਾਹਿਬ, ਥੈਂਕ ਯੂ ਸਾਡੇ ਨਾਲ ਜੁੜਨ ਵਾਸਤੇ। ਥੈਂਕ ਯੂ ਸਰ।
अजीत जी नूं मौका नहीं मिलिया, मैं चाहूंगा जी अजीत जी एक बार कमेंट करन। अजीत जी कमेंट करना चाहूंगा। कमजोर वाले लीडर है आम आदमी पार्टी च, फिर क्या इन्हों तो इमानदार जिहड़ी है प्रशासन जे कुदरती सरकार बन जाती है, क्या इमानदार प्रशासन की कोई आस रखी जा सकती है? तो नाल ही गल चुकना तुसी कहने हो मैं अरविंद केजरीवाल जिवें बिहेव कर रहे ने, क्या इन्हों फिर पूरी सियासत की समझ है? जिवें तो 1919 दे विच जाके प्रधानमंत्री भी बनना चाहिए कि इस इहो जी सियासी समझ वाला बंदा कोई चंगा प्रशासन भी दे पाऊगा जे बन भी जाते हैं। बेवकूफ नहीं बना सकते केजरीवाल जो प्रिया साहब तुहाडी लाइन दे विच इशू आ रहा वा, तुहाडी गल साडे तक पहुंच नहीं रही। किसी होर मौके गल कर लियो। थैंक यू सर, थैंक यू फॉर ज्वाइनिंग अस। चार मिनट बचे आ,